ਸੋ ਤੁਸੀਂ ਜਦੋਂ ਤੁਸੀਂ ਵੀ ਪੜ੍ਹਿਆ ਹੋਣਾ, ਬਿਲਕੁਲ ਕਾਮਾਗਾਟਾ ਮਾਰੂ ਹੀ ਹਾਂਜੀ ਚੱਲਦਾ ਜੀ, ਹਾਂਜੀ ਆਲਾ ਮਾਟੋ ਕਰ ਹੀ ਚੱਲਦਾ ਆ ਯਾ। ਕਦੇ ਸੋਚਦੇ ਹੋ ਕਿ ਇਤਿਹਾਸ ਜਿਹੜਾ, ਜਿਵੇਂ ਤੁਸੀਂ ਪਹਿਲੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਨਹੀਂ ਲਿਖਦੇ, ਜਿਹੜੇ ਲਿਖਦੇ ਆ ਜਾਂ ਜਿਹੜੇ ਪ੍ਰਚਾਰ ਦੇ ਆ ਉਹ ਆਪਣਾ ਪੁਆਇੰਟ ਆਫ ਵਿਊ ਰੱਖਦੇ ਆ। ਬਿਲਕੁਲ ਬਿਲਕੁਲ, ਜਿਹੜਾ ਦੂਸਰਾ ਬੰਦਾ ਆ ਉਹਨਾਂ ਨੇ ਇਹੀ ਦੇਖਣਾ ਆਪਾਂ ਸਾਰਾ ਕੁਝ ਕੀਤਾ ਰਾਈਟ, ਇਹ ਬਸ ਨੇ ਇਹਨਾਂ ਨੇ ਬਸ ਥੋੜਾ ਮਾੜਾ ਹੈਲਪ ਕੀਤਾ ਰਾਈਟ, ਇਹੀ ਇਹੀ ਆ ਰਾਈਟ। ਬਟ ਜਿਹੜੇ ਸਾਡੇ ਕੰਟਰੀਬਿਊਸ਼ਨ ਆ ਸਿੱਖਾਂ ਦਾ ਸਿੱਖਾਂ ਦਾ ਇਟਸ ਅਨਬਿਲੀਵੇਬਲ ਅਨਬਿਲੀਵੇਬਲ ਆ ਸਾਡੇ ਸਾਡੇ ਕੰਟਰੀਬਿਊਸ਼ਨ ਇਸ ਦੇਸ਼ ਲਈ। ਹਰੇਕ ਫੀਲਡ ਦੇ ਵਿੱਚ ਆਪਾਂ ਸਪੋਰਟ ਕੀਤਾ, ਵੈਦਰ ਇਸ ਲੰਬਰ ਮਿੱਲਾਂ ਦੇ ਵਿੱਚ, ਟਰੱਕਿੰਗ ਰਾਈਟ, ਡਾਕਟਰ ਰਾਈਟ, ਇੰਜੀਨੀਅਰ ਰਾਈਟ, ਸਾਰੇ ਪਾਸੇ ਆਪਣੇ ਲੋਕ ਕੰਮ ਕਰਦੇ ਆ ਰਾਈਟ, ਪਰ ਉਹੀ ਕੰਟਰੀਬਿਊਸ਼ਨ ਅਨਫੋਰਚੁਨੇਟਲੀ ਦੱਸਦੇ ਨਹੀਂ। ਪਰ ਸਵਾਲ ਇਹ ਤੁਹਾਡੇ ਫੀਲਡ ਵਾਲੇ 'ਚ ਜਿੱਧਰ ਤੁਹਾਡਾ ਇੰਟਰਸਟ ਬਣਿਆ ਹਿਸਟਰੀ ਨੂੰ ਸੰਭਾਲਣਾ, ਹਾਂਜੀ, ਉੱਧਰ ਸਾਡੀਆਂ ਜਨਰੇਸ਼ਨ ਵੀ ਨਹੀਂ ਕੰਮ ਕਰ ਰਹੀਆਂ, ਸਾਡੀਆਂ ਇੰਸਟੀਟਿਊਸ਼ਨ ਵੀ ਨਹੀਂ ਕਰ ਰਹੀਆਂ, ਉਹ ਕਿਵੇਂ ਉਦੋਂ ਕਿਵੇਂ ਲੱਗਦਾ ਉਹ ਉੱਧਰ ਨਹੀਂ ਕਰ ਰਹੇ? ਕੀ ਕਹਿ ਸਕਦੇ ਆ, ਪੈਸੇ ਦੇ ਪਿੱਛੇ ਹੁਣ ਆਪਾਂ ਨੱਠਣ ਲੱਗ ਗਏ, ਇਹ ਪ੍ਰੋਬਲਮ ਆ। ਜਿਹੜਾ ਸਾਡਾ ਸਿੱਖੀ ਆ ਉਹ ਪਿਆਰੀ ਨਹੀਂ ਰਹਿ ਗਈ। ਤੁਸੀਂ ਪਹਿਲਾਂ ਵੀ ਗੱਲ ਕੀਤਾ, ਜਿਹੜਾ ਕੌਮ ਆਪਣਾ ਹਿਸਟਰੀ ਨਹੀਂ ਸੰਭਾਲ ਸਕਦਾ ਨੌਲੇਜ ਬਗੈਰ ਰਾਈਟ, ਉਹ ਖਤਮ ਹੀ ਹੋ ਜਾਂਦੇ ਆ। ਵਿਦਆਊਟ ਹਿਸਟਰੀ ਯੂ ਆਰ ਨਥਿੰਗ। ਸੱਚ ਹੈ ਜੀ, ਜਦੋਂ ਇਤਿਹਾਸ ਨਹੀਂ ਤਾਂ ਕੁਝ ਨਹੀਂ। ਸੋ ਜਿਹੜੇ ਇਤਿਹਾਸ ਨੂੰ ਸੰਭਾਲਦੇ ਆ ਉਹੀ ਜਾਣਦੇ ਆ, ਲੋਕ ਉਹਨਾਂ ਨੂੰ ਜਾਣਦੇ ਆ। ਜਿਨ੍ਹਾਂ ਨੇ ਅਸੀਂ ਬ੍ਰਿਟਿਸ਼ ਲੋਕਾਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇਤਿਹਾਸ ਨੂੰ ਇੰਨਾ ਵਧਾ ਚੜ੍ਹਾ ਕੇ ਲਿਖਤਾ ਕਿ ਜੀ ਅਸੀਂ ਉਹ ਹਾਂ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਛਿਪਦਾ। ਇਹ ਮੁਹਾਵਰਾ ਚੱਲਦਾ ਸੀ ਕਿ ਬਰਤਾਨੀਆ ਜਾਂ ਗੋਰਿਆਂ ਦੇ ਰਾਜ ਦਾ ਸੂਰਜ ਨਹੀਂ ਛੁਪਦਾ, ਮਤਲਬ ਇੱਧਰ ਵੀ ਉਹਨਾਂ ਦਾ ਰਾਜ ਅਤੇ ਉੱਧਰ ਵੀ, ਸੂਰਜ ਨੇ ਉੱਧਰੋਂ ਛੁਪਣਾ ਅਤੇ ਇੱਧਰ ਰਾਜ ਦੇ ਵਿੱਚ ਚੜ੍ਹ ਜਾਣਾ, ਇਹਦਾ ਮਤਲਬ ਇੱਧਰ ਵੀ ਹੈ ਅਤੇ ਉੱਧਰੋਂ ਉੱਧਰ। ਪਰ ਇਹ ਗੱਲ ਹੈ ਕਿ ਉਹਨਾਂ ਦੇ ਸੂਰਜ ਤਾਂ ਛੁਪਣ ਲੱਗ ਗਏ, ਪਰ ਜਿਹੜਾ ਸਿੱਖੀ ਦਾ ਸੂਰਜ ਹੈ ਨਾ, ਇਹ ਸੇਵਾ ਦਾ, ਕਦੇ ਹੱਦਾਂ ਸਰਹੱਦਾਂ 'ਤੇ, ਚਾਹੇ ਉਹ ਮੱਧ ਏਸ਼ੀਆ ਹੈ, ਚਾਹੇ ਯੂਰਪ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਕੈਨੇਡਾ ਹੈ, ਚਾਹੇ ਇੰਡੀਆ ਹੈ, ਚਾਹੇ ਪਾਕਿਸਤਾਨ ਹੈ, ਹਰ ਥਾਂ 'ਤੇ ਲੰਗਰ ਲਾਉਣੇ, ਸੇਵਾ ਕਰਨੀ, ਸਰਹੱਦਾਂ 'ਤੇ ਲੋਕਾਂ ਨੂੰ ਫੂਡ ਸ਼ੈਲਟਰ ਸਾਰਾ ਕੁਛ ਦੇਣਾ। ਕੋਈ ਖਾਲਸਾ ਏਡ ਲਾ ਲਓ, ਕੋਈ ਯੂਨਾਈਟਿਡ ਸਿੱਖਸ ਲਾ ਲਓ, ਜੋ ਹੋਰ ਸੰਸਥਾਵਾਂ ਲਾ ਲਓ, ਇਹ ਇਸ ਵੇਲੇ। ਸੋ ਇਹ ਇਤਿਹਾਸ ਨੂੰ ਸਾਂਭਣ ਦਾ ਤਰੀਕਾ ਹੁਣ ਅਗਲੀਆਂ ਗੱਲਾਂ 'ਚ ਦੱਸਣਗੇ ਕਿਵੇਂ ਕਿਵੇਂ ਕੀਤਾ ਜਾ ਸਕਦਾ। ਹੁਣ ਇਸ ਇਤਿਹਾਸ ਨੂੰ, ਵਿਰਾਸਤ ਨੂੰ ਸਾਂਭਣ ਦੇ ਲਈ ਸਟੈਪ ਬਾਈ ਸਟੈਪ ਦੱਸੋ ਕਿ ਕਿਵੇਂ ਕਿਵੇਂ ਅਸੀਂ ਉਹਨੂੰ ਸਾਂਭ ਸਕਦੇ ਹਾਂ। ਇਹਨੂੰ ਜਸਟ ਇਲੈਬੋਰੇਟ ਕਰਿਓ, ਡਿਟੇਲ ਦੇ ਵਿੱਚ ਦੱਸੋ। ਪਹਿਲਾਂ ਸਾਡਾ ਕੀ ਲੋੜ ਆ? ਅਵੇਅਰਨੈਸ ਜੀ, ਅਵੇਅਰਨੈਸ, ਇਹ ਸਭ ਤੋਂ ਬਿਗ ਸਟੈਪ ਹੈ ਅਵੇਅਰਨੈਸ। ਅਤੇ ਸਾਡੇ ਲੋਕਾਂ ਨੂੰ ਨਹੀਂ ਪਤਾ ਹੋਊਗਾ, ਉਹ ਕਿੱਦਾਂ ਦੱਸੋਗੇ ਰਾਈਟ? ਨੈਕਸਟ ਸਟੈਪ ਹੈਗਾ ਪੇਰੈਂਟਸ ਦੱਸਦੇ ਆਪਣੇ ਨਿਆਣੇ ਵੱਲ ਰਾਈਟ। ਅਗਲਾ ਸਟੈਪ ਆ ਜਿਹੜੇ ਸਾਡੇ ਇੰਸਟੀਟਿਊਸ਼ਨਸ ਆ, ਜਿਹੜੇ ਖਾਲਸਾ ਸਕੂਲ, ਗੁਰਦੁਆਰਾ ਵਗੈਰਾ ਰਾਈਟ, ਆਪਾਂ ਇਹਨਾਂ ਨੂੰ ਪੁੱਛ ਸਕਦੇ ਹਾਂ। ਅਤੇ ਹਾਂ, ਲਾਈਕ ਇਫ ਵੀ ਲੁੱਕ ਐਟ ਜਿਹੜੇ ਲੋਅਰ ਮੇਨ ਲੈਵਲ ਗੁਰੂ ਕਰ ਰਿਹਾ, ਪੈਸੇ ਬਹੁਤ ਆ ਰਾਈਟ। ਪਰ ਜਿਹੜੇ ਛੋਟੇ ਟਾਊਨ ਦੇ ਵਿੱਚ ਗੁਰੂ ਕਰ ਰਿਹਾ, ਜਿੱਥੇ ਪੈਸਿਆਂ ਦਾ ਘਟਣਾ ਆ ਰਾਈਟ, ਉਹਨਾਂ ਨੂੰ ਮਜਬੂਰੀ ਕਰਕੇ ਕਲੋਜ਼ ਕਰਨਾ ਚਾਹੀਦਾ। ਉਹਨਾਂ ਦਾ ਫਰਜ਼ ਹੈਗਾ ਹਾਂ ਆਪਾਂ ਸੰਭਾਲੀਏ, ਕੋਈ ਗਿਆਨੀ ਜੀ ਰੱਖੀਏ। ਇਨ ਅਨਦਰ ਥਿੰਗ ਦੈਟ ਵੀ ਕੈਨ ਕੀਪ ਅਵਰ ਹਿਸਟਰੀ, ਹਾਂ, ਲੋਅਰ ਮੇਨਲੈਂਡ ਦੇ ਵਿੱਚ ਜਿਹੜੇ ਘਰਾਂ ਦੇ ਪ੍ਰਾਈਸਿਸ ਆ ਮਹਿੰਗੇ ਬਹੁਤ ਆ ਰਾਈਟ। ਲੋਕ ਕਹਿੰਦੇ ਆਪਾਂ ਕਿੱਥੇ ਮੂਵ ਕਰੀਏ ਰਾਈਟ, ਜਿੱਥੇ ਆਲਰੇਡੀ ਕਮਿਊਨਿਟੀ ਹੈਗੇ ਆਪਣੇ ਲੋਕਾਂ ਦੇ, ਗੁਰੂ ਘਰ ਹੈਗੇ ਆ, ਘਰ ਦੇ ਪ੍ਰਾਈਸਿਸ ਚੀਪ ਆ, ਕੰਮ ਵੀ ਬਥੇਰਾ ਆ ਰਾਈਟ, ਉੱਥੇ ਵੀ ਮੂਵ ਹੋ ਸਕਦੇ ਆ ਰਾਈਟ। ਸੋ ਜਿਹੜਾ ਸਾਡਾ ਕਮਿਊਨਿਟੀ ਪਹਿਲਾਂ ਸਪਰੈਡ ਆਊਟ ਹੁੰਦਾ ਸੀ BC ਦੇ ਵਿੱਚ, ਹੁਣ ਸਾਰੇ ਸਰੀ ਦੇ ਵਿੱਚ ਆ ਗਏ, ਸਰੀ, ਲੋਅਰ ਮੇਨਲੈਂਡ। ਪਹਿਲਾਂ ਸਰੀ 'ਚ ਨਹੀਂ ਰਹਿੰਦੇ ਸੀ ਲੋਕ, ਬਿਫੋਰ 1990s ਕੌਨ ਜਿਹੜਾ ਸਾਡਾ ਪੰਜਾਬੀਆਂ ਦਾ ਕੋਨਸੈਂਟਰੇਸ਼ਨ ਸੀ ਬਹੁਤ ਘੱਟ ਸੀ, ਐਬਸਫੋਰਡ ਦੇ ਵਿੱਚ ਸੀ, ਮਿਸ਼ਨ, ਵੈਂਕੂਵਰ ਆਈਲੈਂਡ, ਨੋਰਦਰਨ BC, ਪਰ ਹੁਣ ਆਪਾਂ ਸਾਰੇ ਇੱਕ ਪਾਸੇ ਆ ਗਏ। ਪਹਿਲਾਂ ਸਪਰੈਡ ਆਊਟ ਹੁੰਦੇ ਸੀ, ਹੁਣ ਆਪਾਂ ਸਾਰੇ ਇੱਕ ਪਾਸੇ 'ਚ ਆ। ਇਹ ਦੁੱਖ ਥੋੜ੍ਹਾ ਦੁੱਖ ਵਾਲਾ ਗੱਲ ਆ, ਅਤੇ ਦੈਟ ਵੀ ਵਰ ਐਵਰੀਵੇਅਰ ਬਿਫੋਰ, ਨਾਓ ਵਰ ਓਨਲੀ ਇਨ ਵਨ ਏਰੀਆ। ਬਹੁਤ ਗੰਭੀਰ ਵਿਸ਼ਾ ਅਤੇ ਬਹੁਤ ਸੋਚਣ ਵਾਲੀ ਗੱਲ ਹੈ। ਜਿਹੜੀ ਸਾਡੀ ਪੋਲਰਾਈਜੇਸ਼ਨ ਇੱਦਾਂ ਹੋ ਰਹੀ ਹੈ ਨਾ, ਧਰੁਵੀਕਰਨ ਹੋ ਰਿਹਾ ਇੱਕ ਥਾਂ 'ਤੇ, ਇਹਦਾ ਨੁਕਸਾਨ ਜਿਹੜਾ ਹੈ, ਨੋ ਡਾਊਟ ਇਹਦੇ 'ਚ ਇਹ ਫਾਇਦਾ ਹੁੰਦਾ ਕਿ ਸਾਡੇ ਪੋਲੀਟੀਸ਼ਨ ਇਲੈਕਸ਼ਨ 'ਚ ਅਸੀਂ ਚੁਣ ਲੈਂਦੇ ਹਾਂ ਵਗੈਰਾ ਵਗੈਰਾ, ਸਾਡੀਆਂ ਵੋਟਾਂ ਇੱਕ ਥਾਂ 'ਤੇ ਵੱਧ ਜਾਂਦੀਆਂ, ਨਹੀਂ ਖਿਲ ਰਹੀਆਂ ਹੁੰਦੀਆਂ। ਵੋਟਾਂ ਵਾਲੇ ਕਰਦੇ ਵੀ ਕੀ ਨੇ, ਕਿੰਨਾ ਕਰਦੇ ਨੇ, ਤੁਹਾਡੀ ਆਵਾਜ਼ ਕੋਈ ਵਿਰਲੇ ਹੁੰਦੇ ਨੇ, ਨਹੀਂ ਤਾਂ ਉਹ ਵੀ ਉਹਨਾਂ ਰੰਗਾਂ 'ਚ ਹੀ, ਸਿਮੂਲੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਉਹ ਵੀ ਪਾਰਟੀ ਦੇਖਦੇ ਨੇ, ਹਵਾ ਦੇਖਦੇ ਨੇ, ਹਵਾ ਦਾ ਰੁੱਖ ਦੇਖਦੇ ਨੇ, ਪਾਣੀ ਉੱਧਰ ਵਗਦਾ ਜਿੱਧਰਲੇ ਪਾਸੇ ਨੂੰ ਜਿਹੜੀ ਢਲਾਨ ਹੁੰਦੀ ਹੈ ਇਹ ਦੇਖਦੇ ਨੇ ਉਹ, ਅਤੇ ਜਾਂ ਫਿਰ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਪਰ ਜਦੋਂ ਅਸੀਂ ਫੈਲਦੇ ਹਾਂ ਉਹਦਾ ਫਾਇਦਾ ਕਿੰਨਾ ਹੈ? ਜਿਹੜੀ ਇਹਨਾਂ ਨੇ ਗੱਲ ਚੇਤਨਵੀਰ ਸਿੰਘ ਨੇ ਕਹੀ ਹੈ ਕਿ ਅਸੀਂ ਸਾਰੇ ਪਾਸੇ ਆਪਣੀ ਹੋਂਦ ਕਾਇਮ ਰੱਖਦੇ ਹਾਂ। ਗੁਰੂ ਨਾਨਕ ਸਾਹਿਬ ਦੀ ਸਾਖੀ ਅਕਸਰ ਅਸੀਂ ਸਾਂਝੀ ਕਰਦੇ ਹਾਂ, ਕੋਈ ਇਤਿਹਾਸ ਹੈ, ਜੇ ਇਤਿਹਾਸ ਨੂੰ ਅਸੀਂ ਵਰਤਮਾਨ ਦੇ ਵਿੱਚ ਲਾਗੂ ਕਰੀਏ ਕਿੱਡੀ ਵੱਡੀ ਗੱਲ ਹੈ। ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਜਦੋਂ
उदासियां ते गए ते सेवा दे विच उन्हां दे भाई मरदाना जी भी नाल एक नगर च गए। उस नगर दे विच सेवा पक्खों बहुत कमजोरियां सन ते जदों सवेर नूं उत्थों चले ते कहण लगे भाई वसदे रहो। मरदाना जी हस पे कहिंदे अच्छा जी ठीक है सत वचन कह के चल पे। अगे एक नगर दे विच सेवा ही बड़ी कीती उन्होंने बहुत संभाल कीती। ये साखी जिहड़ी हुंदी है प्रेरणादायक हुंदी है, ये शब्दां दी गल नहीं हुंदी, गल ये भावना दी है। सो अखीर च कहिंदे कि गुरु साहब जांदे कहिंदे कि भाई उजड़ जाओ ते मरदाना जी कहिंदे कहिंदे गुरु साहब जी हो तुसीं उन्हां नूं वसदे रहो कहा उन्होंने अपना जिहड़ा ख्याल भी नहीं किया, इन्होंने तो तुहाडी खिदमत बहुत की है तुसीं क्या उजड़ जाओ। तो गुरु साहब कहिंदे मरदाने जेकर वो लोग जिन्हां चो गुण नहीं है वो भावना नहीं है वो मनुखतावादी सोच नहीं है रब नाल जज्ब समर्पित नहीं है वो लोग इक्को थां ते टिके रहिण तां वधिया हाँ बड़े वधिया ने इन्हां दे अंदर सारे गुण ने। तो जे ये इत्थों एक थां ते वसे रहे फिर गल नहीं बननी, इन्हां नूं फिर हौली हौली सारे पासे फैल जाना चाहीदा। ये उजड़ के जिथे जाणगे उत्थे उत्थे वसाउणगे। सो जो बाहरले देशों च भी जो चंगे बीज वधिया सिक्खी के प्रचार आए फैल रहे हैं तो गुरु साहब की वो बख्शिश ही है, वह वरदान ही है जो गुरु साहब ने दिता उजड़ जाओ उजड़ के इतने वसा रहे हैं असी। सो ये जो छोटे शहरों के भी आ इतों के जो गुरुद्वारे ने बड़े गुरुद्वारे ने चंगी फंडिंग होंगी है हाँ जी वो मदद कर सकते हैं। बिल्कुल मदद कर सकते हैं, बिल्कुल मदद कर सकते हैं, तो मदद कर सकते हैं जिहड़े सारे गुरु घर आ। सोचो जिथे बंद भी होया मैकेंजी क्लीयर वाटर अपने फोर्ट सेंट जेम्स विच एक साइन भी लग जाए जिदा आप गोल्डन बीसी नहीं जाते उत्थे एक साइन लग साइन हैगा प्लैक उत्थे कहिंदा हाँ सिखां ने इत्थे काम किया दे वर्क हीयर बहुत कॉन्ट्रीब्यूशन किया। एट लीस्ट तो आप गुरु घर नहीं संभाल सकते एक साइन भी लग जाए उस टाउन के बहुत आ लोगों को पता लगे हाँ जिहड़े उत्थे रहिंदे आ इत्थे अपने सिख रहिंदे सी कम करदे सी इन्हां दा एक गुरद्वारा भी हुंदा सी इन्हां ने।